ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਕਈ ਮਹੀਨਿਆਂ ਤੋਂ ਗਿਆਨੀ ਸਵਰਨ ਸਿੰਘ ਜੀ ਸਾਡੇ ਕੋਲ ਇੱਥੇ ਆ ਕੇ ਮਹੱਤਵਪੂਰਨ ਗੁਰਬਾਣੀ ਦੇ ਵਿਸ਼ਿਆਂ ਉੱਤੇ ਸਾਂਝ ਪਾ ਰਹੇ ਨੇ ਅਤੇ ਅੱਜ ਵੀ ਇੱਕ ਐਸੇ ਹੀ ਟੌਪਿਕ ਉੱਤੇ ਇਹਨਾਂ ਦੀ ਵਿਜ਼ਡਮ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਉਸ ਬਾਰੇ ਜਾਣਕਾਰੀ ਲਵਾਂਗੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇਨਸਾਨ ਦੀ ਕੋਈ ਜਾਤ ਨਹੀਂ ਹੈਗੀ, ਸਭ ਤੋਂ ਵੱਡੀ ਸਾਡੀ ਜਾਤ ਇਹੀ ਕਿ ਅਸੀਂ ਮਨੁੱਖ ਬਣ ਸਕੀਏ। ਪਰ ਮਨੁੱਖੀ ਜਾਤ ਦੀ ਅਹਿਮੀਅਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਬਾਰੇ ਗੁਰਬਾਣੀ ਵਿੱਚੋਂ ਸਾਨੂੰ ਕੀ ਕੁਛ ਸਿੱਖਣ ਦੀ ਲੋੜ ਹੈ, ਆਓ ਇਸ ਬਾਰੇ ਚਰਚਾ ਕਰਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਗਿਆਨੀ ਸਵਰਨ ਸਿੰਘ ਜੀ ਤੋਂ। ਗਿਆਨੀ ਜੀ, ਜੈ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਹ ਮੁੱਦਾ ਜਿਹੜਾ ਹੈਗਾ ਜੀ, ਇਨਸਾਨ ਬੜੇ ਲੰਮੇ ਸਮੇਂ ਤੋਂ ਅਸੀਂ ਇਤਿਹਾਸ ਨੂੰ ਜਦੋਂ ਪਰਖਦੇ ਹਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਵੀ ਇਹ ਜਾਤ ਪਾਤ ਅਤੇ ਸਾਨੂੰ ਪਤਾ ਹੀ ਨਹੀਂ ਅਸੀਂ ਹੈ ਕੌਣ ਹੈਗੇ ਹਾਂ। ਅਸੀਂ ਹਮੇਸ਼ਾ ਉਸ ਘਮੰਡ ਵਿੱਚ, ਉਸ ਗਰੂਰ ਵਿੱਚ ਰਹਿ ਕੇ ਕਿ ਚਾਰ ਵਰਨ ਦੀ ਜੇ ਅਸੀਂ ਗੱਲ ਕਰ ਲਈਏ ਭਾਰਤ ਵਿੱਚ ਸਾਨੂੰ ਸਭ ਨੂੰ ਪਤਾ ਕੀ ਕੁਝ ਹੋਇਆ। ਪਰ ਅੱਜ ਗੁਰਬਾਣੀ ਜੋ ਹੈ ਇੱਕ ਅਸੀਂ ਕਹਿੰਦੇ ਸਾਇੰਟਿਫਿਕ ਤਰੀਕਾ ਸਾਨੂੰ ਜੀਵਨ ਜਾਂਚ ਦੱਸਦੀ ਹੈਗੀ ਹੈ। ਸੋ ਸਾਨੂੰ ਅੱਜ ਇਸ ਟੌਪਿਕ ਦੇ ਉੱਤੇ ਵਿਸਥਾਰ ਵਿੱਚ ਦੱਸੋ ਕਿ ਮਨੁੱਖੀ ਜਾਤ ਦੀ ਜਦੋਂ ਅਹਿਮੀਅਤ ਦੀ ਅਸੀਂ ਗੱਲ ਕਰਦੇ ਹਾਂ ਉਹ ਕੀ ਹੈ ਕੀ ਜੀ? ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਮਨੁੱਖ ਜਦੋਂ ਪੈਦਾ ਹੁੰਦਾ ਜੀ ਤਾਂ ਉਹਦੀ ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੋਚਣ ਦੀ ਸ਼ਕਤੀ, ਅੱਖਾਂ ਦੀ ਸ਼ਕਤੀ, ਉਹਦੇ ਪੰਜ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਨੂੰ ਇਸਤੇਮਾਲ ਕਰਕੇ ਉਹਦੇ ਹਿਸਾਬ ਨਾਲ ਉਹ ਕੈਲਕੂਲੇਸ਼ਨ ਕਰਦਾ ਹੈਗਾ ਜੀ ਦਿਮਾਗ। ਅਤੇ ਜੋ ਕੁਝ ਇਨਸਾਨ ਨੂੰ ਬਚਪਨ ਤੋਂ ਮਿਲਦਾ ਗਿਆਨ ਪਹਿਲਾਂ ਮਾਪਿਆਂ ਕੋਲੋਂ ਮਿਲਦਾ ਹੈਗਾ, ਮਾਪੇ ਜੋ ਕੁਛ ਦੱਸਦੇ ਨੇ ਬੱਚਾ ਉਹਨੂੰ 100% ਸੱਚ ਸਮਝ ਕੇ ਉਹਨੂੰ ਆਪਣੇ ਅੰਦਰ ਉਹ ਟਿਕਾ ਲੈਂਦਾ ਹੈਗਾ ਜੀ। ਹੁਣ ਮਾਪਿਆਂ ਨੇ ਵੀ ਸਾਨੂੰ ਉਹ ਗਿਆਨ ਦੇਣਾ ਜਿਹੜਾ ਗਿਆਨ ਉਹਨਾਂ ਨੇ ਪੁਸ਼ਤਾਂ ਦਰ ਪੁਸ਼ਤਾਂ ਉਹਨਾਂ ਕੋਲ ਸੀ, ਔਰ ਉਹ ਗਿਆਨ ਵਿੱਚ ਉਹਨਾਂ ਦੀ ਸੋਚ ਜਾਂ ਉਹਨਾਂ ਦਾ ਬੱਚਿਆਂ ਦਾ ਭਵਿੱਖ ਵਾਸਤੇ ਕੋਈ ਇੰਨੀ ਡੂੰਘੀ ਗੱਲ ਨਹੀਂ ਸੀਗੀ ਜਿਹਦੇ ਬਾਰੇ ਉਹ ਸੋਚ ਸਕਦੇ ਸੀ, ਕਿਉਂਕਿ ਉਹ ਆਪਣੇ ਸਰਕਮਸਟਾਂਸ ਦੇ ਮੁਤਾਬਕ ਜੋ ਕੁਝ ਉਹਨਾਂ ਨੇ ਸਾਨੂੰ ਦਿੱਤਾ ਉਹਦੇ ਵਿੱਚੋਂ ਅਸੀਂ ਕਿਉਂਕਿ 100% ਸੱਚ ਸਮਝਦੇ ਸੀ, ਪਰ ਵੇਖਣਾ ਹੈ ਕਿ ਵਾਕਈ ਸੱਚ ਸੀਗਾ। ਹੁਣ ਮਾਂ ਪਿਓ ਨੇ ਸਾਨੂੰ ਪਹਿਲਾਂ ਕੀ ਇਨਫੋਰਮੇਸ਼ਨ ਦਿੱਤੀ ਸਾਡੇ ਬਾਰੇ, ਫਿਰ ਮੈਂ ਕੌਣ ਹਾਂ? ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਆ ਕਿ ਤੂੰ ਫਲਾਣੇ ਥਾਂ ਤੋਂ ਆਇਆ ਸੀਗਾ, ਉਸ ਕਮਰੇ 'ਚੋਂ ਤੈਨੂੰ ਲਿਆਂਦਾ ਸੀਗਾ। ਮਤਲਬ ਮੈਨੂੰ ਕੋਈ ਇਸ ਗੱਲ ਦਾ ਗਿਆਨ ਨਹੀਂ ਦਿੱਤਾ ਜਾਂਦਾ ਕਿ ਤੇਰੀ ਬਣਤਰ ਜਿਹੜੀ ਹੈ ਨਾ, ਇੱਕ ਕਾਦਰ ਨੇ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਤੇਰੀ ਬਣਤਰ ਬਣਾਈ ਆ ਜੀ, ਔਰ ਉਸ ਦਾ ਗਿਆਨ ਨਾ ਦੇਣ ਕਰਕੇ ਬਸ ਉਹੀ ਸੋਚਦੇ ਰਹੇ ਕਿ ਮੈਂ ਉੱਥੋਂ ਆਇਆ। ਫਿਰ ਉਸ ਤੋਂ ਬਾਅਦ ਜੋ ਕੁਛ ਅਸੀਂ ਆਲਾ ਦੁਆਲਾ ਵੇਖਿਆ ਉਹਦਾ ਵੀ ਸਾਨੂੰ ਗਿਆਨ ਹੋਣਾ ਸ਼ੁਰੂ ਹੋ ਗਿਆ। ਹਵਾ ਵਗਦੀ ਵੇਖੀ, ਹਨੇਰੀਆਂ ਵਗਦੀਆਂ ਵੇਖੀਆਂ, ਅਤੇ ਤੂਫਾਨ ਆਏ ਦੇਖੇ, ਵਰਖਾ ਹੁੰਦੀ ਦੇਖੀ, ਬੱਦਲ ਆਉਂਦੇ ਦੇਖੇ, ਸੂਰਜ ਚੰਦ ਤਾਰੇ ਦੇਖੇ, ਹਨੇਰਾ ਦੇਖਿਆ, ਚੰਨ ਦੇਖਿਆ, ਆਪਣੇ ਆਲੇ ਦੁਆਲੇ ਪਸ਼ੂ ਪੰਛੀ ਦੇਖੇ, ਔਰ ਪਾਣੀ ਵਗਦੇ ਦੇਖੇ, ਹੜ੍ਹ ਵਗਦੇ ਵੇਖੇ। ਬੰਦੇ ਜੰਮਦੇ ਵੀ ਸੁਣਦੇ ਸੀ ਅਤੇ ਮਰਦੇ ਵੀ ਦੇਖੇ। ਇਹਨਾਂ ਸਾਰਿਆਂ ਦਾ ਜੋ ਕੁਛ ਐਕਸਪੀਰੀਅੰਸ ਹੋਇਆ ਉਹ ਸਾਡਾ ਬਹੁਤ ਹੀ ਸੀਮਿਤ ਸੀ, ਕਿਉਂਕਿ ਸਾਨੂੰ ਇਹਦੇ ਬਾਰੇ ਸਾਨੂੰ ਪੂਰਾ ਗਿਆਨ ਕਹਿ ਲਓ ਵੀ ਈਵਨ ਅਪ ਟੂ ਹਾਈ ਸਕੂਲ ਤੱਕ ਵੀ ਸਾਨੂੰ ਉਹ ਮੁੱਢਲਾ ਗਿਆਨ ਜਿਹੜਾ ਉਹ ਪ੍ਰਾਪਤ ਨਹੀਂ ਹੋਇਆ। ਪਹਿਲਾ ਗਿਆਨ ਸਾਨੂੰ ਇਹ ਹੈ ਕਿ ਮੈਂ ਕੌਣ ਹਾਂ, ਇਹਦੇ ਬਾਰੇ ਸਾਨੂੰ ਕਿਸੇ ਕਿਤਾਬ ਵਿੱਚੋਂ ਵੀ ਗਿਆਨ ਪ੍ਰਾਪਤ ਨਹੀਂ ਹੋਇਆ ਉਹਨਾਂ ਦਿਨਾਂ 'ਚ। ਖੈਰ, ਇਹਦੇ ਬਾਰੇ ਸਭ ਤੋਂ ਪਹਿਲਾ ਮੈਸੇਜ ਸਾਨੂੰ ਕੀ ਮਿਲਿਆ ਕਿ ਮੈਂ ਤਰਖਾਣ ਲੁਹਾਰ ਹਾਂ, ਮੈਂ ਜੱਟ ਹਾਂ, ਮੈਂ ਚਮਿਆਰ ਹਾਂ, ਮੈਂ ਨਾਈ ਹਾਂ, ਮੈਂ ਝੀਰ ਹਾਂ, ਮੈਂ ਛੀਂਬਾ ਹਾਂ, ਮੈਂ ਕਾਲਾ ਹਾਂ, ਮੈਂ ਗੋਰਾ ਹਾਂ, ਮੈਂ ਚੂੜਾ ਹਾਂ। ਇਹੋ ਜਿਹੇ ਜਦੋਂ ਮੈਸੇਜ ਸਾਨੂੰ ਘਰ 'ਚੋਂ ਮਿਲਦੇ ਆ ਤਾਂ ਉਹ ਪੱਕੀ ਤਰ੍ਹਾਂ ਸਾਡੇ ਦਿਮਾਗ ਵਿੱਚ ਘਰ ਕਰ ਜਾਂਦੇ ਨੇ। ਫਿਰ ਸਾਨੂੰ ਇਹ ਵੀ ਦੱਸਿਆ ਜਾਂਦਾ ਕਿ ਅਸੀਂ ਉੱਚ ਜਾਤੀ ਦੇ ਹਾਂ ਅਤੇ ਫਲਾਣੇ ਲੋਕ ਜਿਹੜੇ ਰਹਿੰਦੇ ਨੇ ਉਹ ਨੀਵੀਆਂ ਜਾਤਾਂ ਦੇ ਨੇ, ਔਰ ਉਹਨਾਂ ਦੇ ਨਾਲ ਟੱਚ ਕਰਨ ਦੇ ਨਾਲ ਵੀ ਸਾਡਾ ਧਰਮ ਪ੍ਰਿਸ਼ਟ ਹੋ ਜਾਏਗਾ, ਔਰ ਉਹਨਾਂ ਦੇ ਮਿਲਾਪ ਦੇ ਨਾਲ ਜਾਂ ਉਹਨਾਂ ਦੇ ਨਾਲ ਖਾਣ ਦੇ ਨਾਲ, ਉਹਨਾਂ ਦੇ ਬਹਿਣ ਦੇ ਨਾਲ, ਈਵਨ ਟੱਚ ਕਰਨ ਦੇ ਨਾਲ ਵੀ ਅਸੀਂ ਪੋਲੂਟਡ ਹੋ ਜਾਵਾਂਗੇ। ਇਸ ਕਰਕੇ ਵੀ ਹੈਵ ਟੂ ਵੈਰੀ ਕੇਅਰਫੁੱਲ ਕਿ ਸਹਿਜੇ ਕਿਤੇ ਉਹਨਾਂ ਦੇ ਕੋਲ ਲਾਗੇ ਨਹੀਂ ਜਾਣਾ, ਉਹਨਾਂ ਨਾਲ ਖਾਣਾ ਨਹੀਂ, ਉਹਨਾਂ ਦੇ ਨਾਲ
ਨਾਲ ਇੱਕ ਥਾਂ ਹੋ ਕੇ ਬਹਿਣਾ ਨਹੀਂ, ਇਹ ਜਿਹੜੀ ਸਿੱਖਿਆ ਸੀ ਸਾਨੂੰ ਮੁੱਢਲੀ ਸਿੱਖਿਆ ਦਿੱਤੀ ਗਈ। ਲੇਕਿਨ ਇਸ ਸਿੱਖਿਆ ਵਿੱਚ ਇੱਕ ਅਧੂਰਾਪਣ ਸੀ ਕਿ ਮੈਂ ਇੱਕ ਵੱਖਰਾ ਮਨੁੱਖ ਹਾਂ, ਉਹ ਇੱਕ ਵੱਖਰਾ ਮਨੁੱਖ ਹੈਗਾ, ਨੀਚ ਜਾਤੀ ਵਾਲਾ ਔਰ ਉੱਚ ਜਾਤੀ ਵਾਲਾ ਔਰ ਮਿਡਲ ਕਲਾਸ ਵਾਲਾ, ਉਹਨਾਂ ਦੇ ਰਹਿਣ ਸਹਿਣ, ਉਹਨਾਂ ਦੇ ਵਿਚਾਰ ਨੈਗੇਟਿਵ ਪਾਉਣੇ ਕਿ ਉਹ ਲੋਕ ਗੰਦੇ ਬੜੇ ਨੇ, ਉਹਨਾਂ ਲੋਕਾਂ ਦਾ ਅਖਲਾਕ ਕੋਈ ਚੰਗਾ ਨਹੀਂ, ਉਹਨਾਂ ਦਾ ਰਹਿਣ ਸਹਿਣ ਚੰਗਾ ਨਹੀਂ ਔਰ ਉਹਨਾਂ ਦੇ ਜਿਹੜੇ ਜੀਵਨ ਦੀ ਜਿਹੜੀ ਪਦਵੀ ਆ ਉਹ ਬੜੀ ਘਟੀਆ ਹੈਗੀ ਆ। ਹੁਣ ਇਹ ਜਦੋਂ ਸਾਨੂੰ ਗੱਲਾਂ ਦੱਸੀਆਂ ਤਾਂ ਅਸੀਂ ਆਪਣੇ ਆਪ ਨੂੰ ਸੁਪੀਰੀਅਰ ਅਤੇ ਦੂਜੇ ਨੂੰ ਇਨਫੀਰੀਅਰ, ਜਿਹਨੂੰ ਕਹਿੰਦੇ ਆ ਉਹਨਾਂ ਦੇ ਅੰਦਰ ਇਨਫੀਰੀਟੀ ਕੰਪਲੈਕਸ ਔਰ ਉੱਚ ਜਾਤੀ ਵਾਲਿਆਂ ਦੇ ਅੰਦਰ ਸੁਪੀਰੀਅਰ ਕੰਪਲੈਕਸ ਆ ਗਿਆ, ਅਜੇ ਲਗਾਤਾਰ ਚੱਲਦਾ ਰਿਹਾ ਜੀ। ਇਹ ਤਾਂ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਉਹ ਜਿਹਨੂੰ ਤੁਸੀਂ ਨੀਚ ਕਹਿੰਦੇ ਹੋ ਉਹ ਵੀ ਇੱਕ ਇਨਸਾਨ ਹੈ, ਜਿਹੜੇ ਤੁਸੀਂ ਉੱਚ ਜਾਤੀ ਦੇ ਕਹਾਉਂਦੇ ਹੋ ਤੁਸੀਂ ਵੀ ਇੱਕ ਇਨਸਾਨ ਹੋ। ਫਿਰ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਹਰ ਜੀਵ ਕੀੜੇ ਤੋਂ ਲੈ ਕੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਹਾਥੀ ਤੋਂ ਲੈ ਕੇ ਮਨੁੱਖ ਤੱਕ, ਪੱਥਰ ਤੋਂ ਲੈ ਕੇ ਦਰਖਤਾਂ ਤੱਕ, ਦਰਖਤਾਂ ਤੋਂ ਲੈ ਕੇ ਪਸ਼ੂ ਪੰਛੀਆਂ ਤੱਕ, ਪਸ਼ੂ ਪੰਛੀਆਂ ਤੋਂ ਲੈ ਕੇ ਮਨੁੱਖ ਤੱਕ, ਜਾਤੀ ਤੱਕ, ਇਹ ਸਾਰੇ ਦੇ ਸਾਰੇ ਇੱਕ ਧਰਤੀ 'ਚੋਂ ਪੈਦਾ ਹੋਏ। ਬਿਲਕੁਲ ਜੀ, ਇਹ ਜਿਹੜੀ ਸੋਚ ਸੀ ਕਿ ਅਸੀਂ ਸਭ ਇੱਕ ਹੈਗੇ ਹਾਂ, ਸਾਨੂੰ ਬਚਪਨ ਤੋਂ ਹੀ, ਜਨਮ ਤੋਂ ਹੀ ਜੋ ਹੈ ਸਾਡੇ ਇਹ ਸੋਚ ਵਿੱਚ ਪਾ ਦਿੱਤਾ ਗਿਆ ਕਿ ਅਸੀਂ ਵੱਖਰੇ ਹਾਂ, ਜਿਸ ਕਾਰਨ ਸੁਪਰੀਓਰਿਟੀ ਜਾਂ ਇਨਫੀਰੀਓਰਿਟੀ ਦੀ ਜਿਹੜੀ ਸੋਚ ਸੀ ਉਹ ਸਾਡੇ 'ਚ ਪ੍ਰਚਲਿਤ ਹੋ ਗਈ। ਇੱਕ ਬ੍ਰੇਕ ਲੈਣੇ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਸ ਕੌਨਸੈਪਟ ਨੂੰ ਕਿਵੇਂ ਅਸੀਂ ਪਕੜਨਾ ਹੈ ਇਸ ਬਾਰੇ ਹੋਰ ਚਰਚਾ ਕਰਾਂਗੇ। ਠੀਕ ਹੈ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼ ਪੋਰਸਲੇਨ ਜਾਂ ਸਿਰਾਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304284 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604-330-7363 604-330-7363। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ। ਗਿਆਨੀ ਸਵਰਨ ਸਿੰਘ ਜੀ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਸਾਂਝ ਪਾ ਰਹੇ ਨੇ, ਏਕਤਾ ਦੇ ਵਿੱਚ ਅਨੇਕਤਾ ਦਾ ਜਿਹੜਾ ਕੌਨਸੈਪਟ ਹੈਗਾ, ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਨੇ ਬ੍ਰੇਕ ਤੋਂ ਪਹਿਲਾਂ ਕਿਹਾ ਕਿ ਅਸੀਂ ਸਭ ਤਾਂ ਧਰਤੀ ਤੋਂ ਹੀ ਜਨਮੇ ਹਾਂ, ਪਰ ਸਾਡੇ 'ਚ ਇਹ ਜਿਹੜੀ ਸੋਚ ਪਾ ਦਿੱਤੀ ਗਈ ਵੱਡੇ ਦੀ, ਛੋਟੇ ਦੀ, ਨੀਵੇਂ ਦੀ, ਉੱਚੇ ਦੀ, ਇਸ ਕਾਰਨ ਸਮਾਜ ਦੇ ਵਿੱਚ ਜਿਹੜੀਆਂ ਵੰਡੀਆਂ ਪਈਆਂ ਉਸਦਾ ਬਹੁਤ ਵੱਡਾ ਖਮਿਆਜ਼ਾ ਜਿਹੜਾ ਹੈ ਸਾਨੂੰ ਭੁਗਤਣਾ ਪਿਆ ਪਿਛਲੇ ਸਮੇਂ ਦੇ ਦੌਰਾਨ, ਅਤੇ ਅੱਜ ਵੀ ਉਹੀ ਚੀਜ਼ ਚੱਲ ਰਹੀ ਹੈ। ਕਿਸ ਤਰ੍ਹਾਂ ਗੁਰਬਾਣੀ ਦਾ ਸਹਾਰਾ ਲੈ ਕੇ ਅਸੀਂ ਇਸ ਕੌਨਸੈਪਟ ਨੂੰ ਹੋਰ ਸਮਝਣਾ ਹੈ, ਆਓ ਹੋਰ ਜਾਣਕਾਰੀ ਲੈਂਦੇ ਹਾਂ ਗਿਆਨੀ ਸਵਰਨ ਸਿੰਘ ਜੀ ਤੋਂ। ਜੀ ਗਿਆਨੀ ਜੀ। ਜੀ ਹਾਂਜੀ, ਅਸੀਂ ਵਿਚਾਰ ਇੱਥੇ ਲਿਆਉਂਦੇ ਕਿ ਅਸੀਂ ਸਾਰੇ ਧਰਤੀ 'ਚੋਂ ਪੈਦਾ ਹੋਏ, ਠੀਕ, ਔਰ ਇਹਦੇ ਵਿੱਚ ਕੋਈ ਐਕਸੈਪਸ਼ਨ ਨਹੀਂ ਹੈਗੀ। ਗੱਲ ਕਿ ਜਿਸ ਤਰ੍ਹਾਂ ਇੱਕ ਸਮੁੰਦਰ ਦੇ ਤਹਿਲ ਉੱਤੇ ਹਵਾ ਭਰ ਕੇ ਬੁਲਬਲੇ ਨਿਕਲਦੇ ਨੇ ਜੀ, ਅਤੇ ਬੁਲਬਲੇ ਜਿਹੜੇ ਆ ਦੇ ਆਰ ਨੋਟ ਆਫ ਦਾ ਸੇਮ ਸਾਈਜ਼, ਕੋਈ ਛੋਟਾ ਕੋਈ ਵੱਡਾ, ਲੇਕਿਨ ਸਾਰਿਆਂ ਦੇ ਅੰਦਰ ਹਵਾ ਹੁੰਦੀ ਹੈ। ਜਦੋਂ ਹਵਾ ਨਿਕਲ ਜਾਏ ਤਾਂ ਬੁਲਬਲਾ ਜਿਹੜਾ ਹੈ ਉਹ ਸਮੁੰਦਰ ਵਿੱਚ ਸਮਾ ਜਾਂਦਾ ਹੈ ਜੀ, ਔਰ ਹਵਾ ਦਾ ਸਾਨੂੰ ਪਤਾ ਨਹੀਂ ਕਿੱਥੋਂ ਆਈ ਸੀ ਅਤੇ ਕਿੱਥੇ ਚਲੀ ਗਈ। ਹੁਣ ਇਹ ਜਿਹੜਾ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ, ਇਹਨੂੰ ਜਦੋਂ ਧਿਆਨ ਨਾਲ ਵੇਖੀਏ, ਮੈਂ ਇੱਕ ਗੱਲ ਹੋਰ ਥੋੜ੍ਹੀ ਜਿਹੀ ਸਾਂਝੀ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਹਰ ਚੀਜ਼ ਦਾ ਗਿਆਨ ਧਿਆਨ ਦੇ ਨਾਲ ਬਦਲ ਜਾਂਦਾ। ਠੀਕ, ਜੇ ਸਾਡਾ ਧਿਆਨ ਜਿਹੜਾ ਹੈ ਉਹ ਨਹੀਂ ਫੰਕਸ਼ਨ ਕਰਦਾ ਜਾਂ ਅਸੀਂ ਕਿਸੇ ਚੀਜ਼ 'ਤੇ ਧਿਆਨ ਨਹੀਂ ਦਿੰਦੇ ਤਾਂ ਅਸੀਂ ਇੱਕ ਉਹੀ 5000 ਸਾਲ ਪੁਰਾਣੀ ਜਿਹੜੀਆਂ ਰੀਤੀਆਂ ਹੈਗੀਆਂ ਉਹਨਾਂ ਦੇ ਮੁਤਾਬਕ ਆਪਣਾ ਜੀਵਨ ਜਿਹੜਾ ਅੰਧ ਵਿਸ਼ਵਾਸ ਵਿੱਚ ਤੁਰੇ ਜਾਂਦੇ ਹਾਂ। ਠੀਕ, ਧਿਆਨ ਲਾਉਣ ਦੇ ਨਾਲ ਸਾਨੂੰ ਇਨਫੋਰਮੇਸ਼ਨ ਵੱਖਰੀ ਮਿਲਦੀ ਆ। ਹੁਣ ਦੇਖੋ, ਪਾਣੀ ਜਿਹੜਾ ਹੈਗਾ ਉਹ ਹਾਈਡਰੋਜਨ ਅਤੇ ਆਕਸੀਜਨ ਹੈਗੀ, ਪਰ ਪਾਣੀ ਇੱਕ ਲਿਕੁਇਡ ਦਿਸਦਾ ਸਾਨੂੰ। ਹੁਣ ਜਦੋਂ ਧਿਆਨ ਨਾਲ ਦੇਖਾਂਗੇ ਪਾਣੀ ਜੀ, ਪਾਣੀ ਵੀ ਇੱਕ ਜੀਵ ਹੈਗਾ, ਪਾਣੀ ਵਿੱਚ ਵੀ ਇੱਕ ਜੀਵਨ ਦੀ ਸ਼ਕਤੀ ਹੈਗੀ ਆ ਜੀ, ਔਰ ਸਾਰੀ ਸ਼ਕਤੀਆਂ ਦਾ, ਜੀਵਨ ਦਾ ਦਾਰੋ ਮਦਾਰ ਵੀ ਪਾਣੀ ਹੈ। ਹੁਣ ਇਸ ਗੱਲ ਦਾ ਤਾਂ ਕਿਸੇ ਨੂੰ ਗਿਆਨ ਸਮਝ ਦਿੱਤਾ ਨਹੀਂ ਕਿ ਪਹਿਲਾ ਪਾਣੀ ਜਿਉ ਹੈ, ਜਿੱਤ ਹਰਿਆ ਸਭ ਕੋਏ,
ਕਿ ਹਰ ਇੱਕ ਸ੍ਰਿਸ਼ਟੀ ਦੀ ਰਚਨਾ ਦਾ ਜਿਹੜਾ ਬੇਸ ਫਾਊਂਡੇਸ਼ਨ ਹੈ ਉਹ ਪਾਣੀ ਹੈ। ਬਿਲਕੁਲ। ਔਰ ਪਾਣੀ ਨਾਲ ਹੀ ਸਾਰੀ ਸ੍ਰਿਸ਼ਟੀ 'ਤੇ ਹਰਿਆਈ ਹੈ ਔਰ ਉਸ ਹਰਿਆਈ ਵਿੱਚੋਂ ਹੀ ਜੀਵ ਜੰਤੂ ਪੈਦਾ ਹੋਏ ਨੇ ਔਰ ਉਹਨਾਂ ਜੀਵਾਂ ਜੰਤੂਆਂ ਦੇ ਅਨੇਕਾਂ ਅਨੇਕਾਂ ਕਿਸਮ ਦੇ ਉਹਨਾਂ ਦੀਆਂ ਜਾਤੀਆਂ ਭਾਵ ਕਿ ਉਹਨਾਂ ਦੇ ਰਚਨਾ ਵੱਖੋ ਵੱਖਰੇ ਕ੍ਰੀਚਰ ਜਿਹੜੇ ਆ ਡਿਫਰੈਂਟ ਵਰਾਇਟੀਜ਼ ਦੇ ਅੱਜ ਵੀ ਪੈਦਾ ਹੋਏ ਨੇ ਹੁਣ ਵੀ ਨਵੇਂ ਪੈਦਾ ਹੋ ਰਹੇ ਨੇ ਔਰ ਮੁੱਕੇ ਨਹੀਂ ਹੈਗੇ ਹੁਣ ਵੀ ਡਿਜ਼ਾਇਨ ਨਵੇਂ ਤੋਂ ਨਵੇਂ ਬਣਦੇ ਜਾਂਦੇ ਆ ਔਰ ਇਹ ਜਿਹੜਾ ਸਿਲਸਿਲਾ ਹੈਗਾ ਇੱਕ ਅਦਭੁਤ ਸਿਲਸਿਲਾ ਹੈਗਾ ਪਰ ਇਸ ਡੂੰਘਾਈ ਤੱਕ ਅਸੀਂ ਕਦੀ ਨਹੀਂ ਸਿੱਖਿਆ ਔਰ ਬਘਿਆੜ ਹੈ ਉਹ ਕੁੱਤਾ ਆ ਉਹ ਬਿੱਲੀ ਆ ਉਹ ਖੋਤਾ ਆ ਇਹ ਮੱਝ ਆ ਇਹ ਗਾਂ ਆ ਇਹ ਵੱਛਾ ਆ ਇਹ ਵੱਛੀ ਹੈ ਇਹ ਕੁੱਕੜ ਹੈ ਇਹ ਕੁੱਕੜੀ ਹੈ ਇਹ ਸਾਰੇ ਜਾਨਵਰ ਦੇਖ ਲਏ ਪਰ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਇਹ ਵੀ ਸਾਰੇ ਧਰਤੀ 'ਚੋਂ ਬਣੇ ਨੇ ਹੁਣ ਜਦ ਤੱਕ ਸਾਨੂੰ ਇਹ ਗਿਆਨ ਨਹੀਂ ਮਿਲਦਾ ਕਿ ਤੁਸੀਂ ਇੱਕੋ ਧਰਤੀ ਤੋਂ ਪੈਦਾ ਹੋਏ ਹਾਂ ਔਰ ਇੱਕੋ ਪੰਜਾਂ ਤੱਤਾਂ ਵਿੱਚੋਂ ਪੈਦਾ ਹੋਏ ਹੋ ਓਨੇ ਚਿਰ ਤੱਕ ਸਾਨੂੰ ਜਿਹੜੀ ਅਗਿਆਨਤਾ ਵਾਲਾ ਅੰਧਵਾਸ਼ ਵਿਸ਼ਵਾਸ ਸੀ ਉਹ ਉਸੇ ਤਰ੍ਹਾਂ ਕਾਇਮ ਰਿਹਾ ਔਰ ਹਾਲੇ ਵੀ 99% ਲੋਕਾਂ ਦੇ ਦਿਮਾਗ 'ਚ ਉਹੀ ਕਾਇਮ ਹੈਗਾ ਠੀਕ ਕਿਉਂਕਿ ਜਿਹੜੀ ਮੁੱਢਲੀ ਜਾਣਕਾਰੀ ਦਿੱਤੀ ਮੈਨੂੰ ਇੱਕ ਵਾਰੀ ਬੱਚਿਆਂ ਨੇ ਪੁੱਛਿਆ ਯੂਨੀਵਰਸਿਟੀ ਦੇ ਵਿੱਚ ਕਿ ਰਾਮਗੜੀਏ ਕੌਣ ਹੁੰਦੇ ਨੇ ਮੈਂ ਕਿਹਾ ਵੀ ਰਾਮਗੜੀਏ ਉਹ ਹੁੰਦੇ ਨੇ ਜਿਹੜੇ ਹੱਥੀਂ ਕੰਮ ਕਰਨ ਵੀ ਕਾਰੀਗਰ ਹੁੰਦੇ ਉਹਨਾਂ ਨੂੰ ਰਾਮਗੜੀ ਕਹਿੰਦੇ ਕਹਿੰਦੇ ਤਾਤਾਵੇ ਸਾਡੇ ਸਾਰੇ ਲੋਕ ਰਾਮਗੜੀ ਹੀ ਆ ਮੈਂ ਕਿਹਾ ਕੀ ਮਤਲਬ ਕਹਿੰਦੇ ਸਾਰੇ ਘਰ ਬਣਾਉਂਦੇ ਆ ਘਰ ਬਣਾਉਣ ਵਾਲੇ ਸਾਰੇ ਬੰਦੇ ਕੋਈ ਪਲੰਬਿੰਗ ਕਰਦਾ ਹੈ ਕੋਈ ਇਲੈਕਟ੍ਰੀਸ਼ਨ ਬਣਿਆ ਆ ਕੋਈ ਫਰੇਮਿੰਗ ਕਰਦਾ ਮੈਂ ਕਿਹਾ ਹਾਂ ਜੇ ਆਪਾਂ ਦੇਖੀਏ ਉਸੇ ਹਿਸਾਬ ਦੇ ਨਾਲ ਤਾਂ ਸਾਰੇ ਦੇ ਸਾਰੇ ਰਾਮਗੜੀਏ ਹੀ ਆ ਅਤੇ ਜੇ ਉਹ ਕਿਸੇ ਨੂੰ ਅਸੀਂ ਕਿਸੇ ਜੱਟ ਨੂੰ ਰਾਮਗੜੀਏ ਕਹਿ ਤਾਂ ਸਾਡੇ ਗੱਲ ਪੈ ਜੂ ਪਰ ਉਹਦੀ ਜੇਬ ਦੇ ਵਿੱਚ ਕਾਰਪੈਂਟਰ ਦਾ ਜਿਹੜਾ ਯੂਨੀਅਨ ਦਾ ਕਾਰਡ ਪਿਆ ਹੁੰਦਾ ਉਹ ਕਾਰਪੈਂਟਰ ਤਾਂ ਕਹਿੰਦਾ ਮੈਂ ਕਾਰਪੈਂਟਰ ਹੈਗਾ ਪਰ ਉਹ ਤਰਖਾਣ ਲੁਹਾਰ ਨਹੀਂ ਕਹਾਉਣਾ ਚਾਹੁੰਦਾ ਸੋ ਕਹਿੰਦਾ ਮੈਨੂੰ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ ਵਿੱਚ ਭਰੀਆਂ ਨਾ ਇਹਦਾ ਸਾਡਾ ਨੁਕਸਾਨ ਜਿਹੜਾ ਯੂਨਿਟੀ ਵਿੱਚ ਬਹੁਤ ਵੱਡਾ ਹੋ ਰਿਹਾ ਔਰ ਵੇਖੋ ਇੱਕ ਹੋਰ ਮਜ਼ੇ ਦੀ ਗੱਲ ਕਿ ਜਿਹੜੇ ਹਿੰਦੁਸਤਾਨ ਵਿੱਚ ਆਦਿਵਾਸੀ ਸੀ ਆਦਿਵਾਸੀਆਂ ਦੇ ਗੋਤ ਵੀ ਰਲਦੇ ਨੇ ਆਪਸ ਵਿੱਚ ਆਦਿਵਾਸੀਆਂ ਦੇ ਜੀਨਸ ਵੀ ਰਲਦੇ ਨੇ ਆਪਸ ਵਿੱਚ ਸਵਾਏ ਇੱਕ ਉੱਚ ਕੋਟੀ ਦੇ ਬ੍ਰਾਹਮਣ ਤੋਂ ਬਾਕੀ ਸਾਡੇ ਸਭ ਦੇ ਜੀਨ ਰਲਦੇ ਨੇ ਪਰ ਸਾਨੂੰ ਉਹਨਾਂ ਨੇ ਕਿਉਂਕਿ ਬੜੀ ਚਲਾਕੀ ਦੇ ਨਾਲ ਦੇਸ਼ ਨੂੰ ਗੁਲਾਮ ਕੀਤਾ ਗੁਲਾਮ ਕਰਕੇ ਬਾਕੀ ਦੇ ਰੈਸਟ ਆਫ ਦਾ ਬ੍ਰਾਹਮਣ ਜਿੰਨੇ ਲੋਕ ਸੀ ਉਹਨਾਂ ਨੂੰ ਫਿਰ ਕੈਟਾਗਰੀਆਂ 'ਚ ਵੰਡ ਦਿੱਤਾ ਮਿਸਾਲ ਦੇ ਉੱਤੇ ਰਾਜਪੂਤ ਨੇ ਰਾਜਪੂਤਾਂ ਦੇ ਜਿਹੜੇ ਲਾਸਟ ਟਾਈਮ ਹੈਗੇ ਆ ਜੱਟਾਂ ਨਾਲ ਰਲਦੇ ਨੇ ਜੱਟਾਂ ਦੇ ਗੋਤ ਜਿਹੜੇ ਨੇ ਉਹ ਚਮਾਰਾਂ ਨਾਲ ਰਲਦੇ ਨੇ ਚੂੜਿਆਂ ਨਾਲ ਰਲਦੇ ਨੇ ਔਰ ਇਸੇ ਤਰੀਕੇ ਦੇ ਨਾਲ ਤਰਖਾਣਾ ਲੁਹਾਰਾਂ ਦੇ ਵੀ ਗੋਤ ਕਈ ਇੱਕ ਦੂਜੇ ਨਾਲ ਰਲਦੇ ਨੇ ਭਾਵ ਕਿ ਅਸੀਂ ਓਰਿਜਨਲੀ ਇੱਕੋ ਹੀ ਸੀ ਪਰ ਸਾਨੂੰ ਵੰਡ ਦਿੱਤਾ ਹੈ ਕਿ ਤੂੰ ਸਾਡੀ ਰਾਖੀ ਕਰਨੀ ਆ ਤੂੰ ਸਾਡੇ ਲਈ ਜੁੱਤੀਆਂ ਬਣਾਉਣੀਆਂ ਤੂੰ ਸਾਡੇ ਲਈ ਕੱਪੜੇ ਬਣਾਉਣੇ ਆ ਤੁਸੀਂ ਸਾਰਿਆਂ ਨੂੰ ਆਪਣੇ ਨੌਕਰ ਚਾਕਰ ਦੋਵੇਂ ਸ਼ਬਦਾਂ 'ਚ ਮੈਂ ਕਹੂੰਗਾ ਕਿ ਉਹਨਾਂ ਨੂੰ ਗੁਲਾਮ ਬਣਾ ਦਿੱਤਾ ਵੰਡ ਕੇ ਇਸ ਵੇਲੇ 8,000 ਤੋਂ ਵੱਧ ਹਿੰਦੁਸਤਾਨ ਦੀਆਂ ਜਾਤਾਂ ਵੰਡੀਆਂ ਹੋਈਆਂ ਨੇ ਔਰ ਜਿਹਨਾਂ ਦਾ ਕਾਰਨ ਕੇਵਲ ਅਤੇ ਕੇਵਲ ਸਾਡੀ ਅਗਿਆਨਤਾ ਔਰ ਅੰਧ ਵਿਸ਼ਵਾਸ ਦੇ ਆਸਰੇ ਜੀਵਨ ਜੀਣ ਕਰਕੇ ਅਸੀਂ ਇਹਦਾ ਬਹੁਤ ਵੱਡਾ ਖਮਿਆਜ਼ਾ ਭੁਗਤ ਰਹੇ ਹਾਂ ਬਿਲਕੁਲ ਜੀ ਇਹ ਖਮਿਆਜ਼ਾ ਜਿਹੜਾ ਭੁਗਤ ਰਹੇ ਹਾਂ ਇਸੀ 'ਚੋਂ ਬਾਹਰ ਨਿਕਲਣ ਲਈ ਅੱਜ ਕਿਉਂ ਲੋੜ ਹੈਗੀ ਹੈ ਕਿ ਗੁਰਬਾਣੀ ਦੀ ਸਹੀ ਸੋਚ ਨੂੰ ਪਕੜ ਲਈਏ ਅਸੀਂ ਅਤੇ ਇਸ ਸੋਚ ਜਿਹੜੀ ਕਿ ਸਾਡੇ 'ਤੇ ਪਾਰੂ ਹੋਈ ਹੈ ਇਹ ਤੋਂ ਅਸੀਂ ਬਾਹਰ ਨਿਕਲਣਾ ਹੈ ਇਸ ਬਾਰੇ ਆਪ ਜੀ ਤੋਂ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 604-825-9295 ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ 604-507-6666 ਗਿਆਨੀ ਸਵਰਨ ਸਿੰਘ ਜੀ ਨਾਲ ਸਾਂਝ ਪਾਉਣੇ ਅਤੇ ਬ੍ਰੇਕ ਤੋਂ ਪਹਿਲਾਂ ਜਿਹੜਾ ਗਿਆਨੀ ਜੀ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਸੋਚ ਊਚ ਨੀਚ ਦੀ ਸਾਡੇ 'ਚ ਪਾ ਦਿੱਤੀ ਗਈ ਅਤੇ ਅਸੀਂ ਇਸ 'ਚ ਹੀ ਫਸ ਕੇ ਰਹਿ ਗਏ
ਜਦਕਿ ਸਾਡਾ ਬੇਸਿਕ ਪਰਪਸ ਜਿਹੜਾ ਸੀ ਉਸਨੂੰ ਸਮਝਣ ਤੋਂ ਅਸੀਂ ਪਿੱਛੇ ਰਹਿ ਗਏ। ਅੱਜ ਸਮਾਂ ਇਹ ਮੰਗ ਕਰਦਾ ਕਿ ਗੁਰਬਾਣੀ ਦਾ ਸਹਾਰਾ ਲੈ ਕੇ ਅਸੀਂ ਉਹ ਪਰਿਵਰਤਨ ਆਪਣੇ ਜੀਵਨਾਂ 'ਚ ਲੈ ਕੇ ਆਈਏ ਅਤੇ ਅਸੀਂ ਇਸ ਚੀਜ਼ ਵਿੱਚ ਨਾ ਫਸੀਏ। 21ਵੀਂ ਸਦੀ ਵਿੱਚ ਅੱਜ ਵੀ ਜੇਕਰ ਇਹ ਚੀਜ਼ਾਂ 'ਚ ਅਸੀਂ ਫਸ ਕੇ ਰਹਾਂਗੇ ਤਾਂ ਫਿਰ ਕੀ ਗੁਰੂ ਦਾ ਜੋ ਮੈਸੇਜ ਸੀ, ਜੋ ਸਿਧਾਂਤ ਸੀ, ਉਸਨੂੰ ਕੀ ਅਸੀਂ ਸਮਝ ਸਕੇ ਹਾਂ? ਇਸ ਨੂੰ ਹੋਰ ਕਲੀਅਰ ਕਰਨ ਵਾਸਤੇ ਕੀ ਗੁਰਬਾਣੀ ਸਾਨੂੰ ਕਹਿੰਦੀ ਹੈ, ਆਓ ਗਿਆਨੀ ਜੀ ਤੋਂ ਜਾਣਕਾਰੀ ਲੈ ਲਏ। ਜੀ ਗਿਆਨੀ ਜੀ, ਹਾਂਜੀ, ਇੱਕ ਆਪਾਂ ਰਚਨਾ ਲਈਏ, ਸ੍ਰਿਸ਼ਟੀ ਦੀ ਰਚਨਾ ਜੀ। ਜਿਹੜਾ ਪਰਮਾਣੂ ਆ ਜਿਹਨੂੰ ਅਸੀਂ ਐਟਮ ਕਹਿੰਦੇ ਹਾਂ, ਉਹਦੇ 'ਚ ਇਲੈਕਟ੍ਰੋਨਸ, ਪ੍ਰੋਟੋਨਸ ਅਤੇ ਨਿਊਟ੍ਰੋਨਸ ਹੈਗੇ ਆ। ਇਲੈਕਟ੍ਰੋਨ, ਪ੍ਰੋਟੋਨਸ, ਨਿਊਟ੍ਰੋਨਸ ਕੀ ਨੇ? ਗੁਰਬਾਣੀ ਕਹਿੰਦੀ ਆ ਕਿ ਜਿਸ ਤਰ੍ਹਾਂ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹ ਤਿੰਨੇ ਜਿਹੜੇ ਨੇ ਇਲੈਕਟ੍ਰੋਨ, ਪ੍ਰੋਟੋਨਸ ਅਤੇ ਨਿਊਟ੍ਰੋਨਸ, ਉਹ ਜਨਰੇਟਰ ਆ, ਔਰਗਨਾਈਜ਼ਰ ਆ ਐਂਡ ਡਿਸਟਰੋਇਰ ਆ। ਅੱਛਾ, ਇਹਦਾ ਭਾਵ ਇਹ ਆ ਕਿ ਸ੍ਰਿਸ਼ਟੀ ਦੀ ਸਾਰੀ ਰਚਨਾ, ਇਨਕਲੂਡਿੰਗ ਯੂਅਰ ਬਾਡੀ, ਇਨਕਲੂਡ ਯੂਅਰ ਆਲ ਦਾ ਕ੍ਰੀਏਸ਼ਨ, ਇਜ਼ ਦਾ ਬੇਸਡ ਅਪੋਨ ਦੀ ਥ੍ਰੀ ਪਾਵਰਸ। ਅੱਛਾ, ਇਹਦੇ 'ਚ ਕਿਸੇ ਵਿੱਚ ਵੀ ਕੋਈ ਵਿਤਕਰਾ ਨਹੀਂ ਹੈਗਾ ਕ੍ਰੀਏਸ਼ਨ ਵਿੱਚ। ਅੱਛਾ, ਹੁਣ ਆਪਾਂ ਦੇਖਣਾ ਹੈਗਾ ਸੁਰਤ, ਸੁਰਤ ਅਤੇ ਕ੍ਰੀਏਸ਼ਨ। ਹੁਣ ਪੱਥਰ ਜਿਹੜਾ ਹੈ ਉਹਦੇ ਵਿੱਚ ਵੀ ਸੁਰਤ ਮੌਜੂਦ ਹੈ, ਜਿਹਨੂੰ ਐਟੀਚਿਊਡ ਕਹਿ ਲੈਂਦੇ ਹਾਂ, ਠੀਕ, ਲੇਕਿਨ ਉਹ ਸੀਮਤ ਹੈ। ਪੱਥਰ ਵੀ ਸੋਚ ਸਕਦਾ ਹੈ, ਹੁਣ ਕਿਵੇਂ ਸੋਚ ਸਕਦਾ, ਇਹ ਵੀ ਗੱਲ ਸੋਚਣੀ ਆ। ਦੇਖੋ, ਜੇ ਤੁਸੀਂ ਇੱਕ ਲੂਣ ਲੈ ਲਓ ਔਰ ਇੱਕ ਤੁਸੀਂ ਸ਼ੂਖੰਡ ਲੈ ਲਓ, ਦੋਨਾਂ ਨੂੰ ਤੁਸੀਂ ਪਾਣੀ 'ਚ ਮਿਲਾ ਕੇ ਸੈਚੂਰੇਟਡ ਸਲੂਸ਼ਨ ਬਣਾ ਲਓ ਜੀ। ਸੈਚੂਰੇਟਡ ਸਲੂਸ਼ਨ ਦਾ ਪਤਾ ਨਾ ਕਿ ਜਿਸ ਤੋਂ ਅੱਗੇ ਹੋਰ ਅਸੀਂ ਪਾ ਨਹੀਂ ਸਕਦੇ। ਫਿਰ ਤੁਸੀਂ ਕਰਕੇ ਉਹਦੇ ਵਿੱਚ ਦੋ ਧਾਗੇ ਲਮਕਾ ਦਿਓ, ਜਿਹੜੀ ਵਿੱਚ ਖੰਡ ਹੈਗੀ ਉਹ ਇੱਕ ਧਾਗੇ ਵੱਲ ਜਾਏਗੀ, ਲੋਣ ਦੂਸਰੇ ਧਾਗੇ ਵੱਲ ਜਾਏਗਾ, ਜਿਹਨੂੰ ਕ੍ਰਿਸਟਲਾਈਜੇਸ਼ਨ ਕਹਿੰਦੇ ਆ। ਭਾਵ ਕਿ ਉਸ ਖੰਡ ਦੇ ਤੱਤ ਨੂੰ ਪਤਾ ਆ ਕਿ ਇਹ ਪਾਸਾ ਮੇਰਾ ਆ, ਲੋਣ ਵਾਲੇ ਤੱਤ ਨੂੰ ਪਤਾ ਪਿਆ, ਲੇਕਿਨ ਇਹ ਸੋਚ ਸੀਮਤ ਹੈ। ਪੱਥਰ ਵਿੱਚ ਵੀ ਸੋਚ ਹੈਗੀ ਆ, ਦਰਖਤਾਂ ਵਿੱਚ ਵੀ ਸੋਚ ਹੈਗੀ ਆ, ਮੇਲ ਐਂਡ ਫੀਮੇਲ ਦੀ ਸੋਚ ਹੈਗੀ ਆ। ਦਰਖਤ ਵੀ ਆਪਸ ਵਿੱਚ ਲੜਦੇ ਨੇ, ਦਰਖਤ ਵੀ ਆਪਸ ਵਿੱਚ ਪਿਆਰ ਕਰਦੇ ਨੇ, ਦਰਖਤ ਵੀ ਹੱਸਦੇ ਨੇ, ਦਰਖਤ ਵੀ ਮੁਰਝਾ ਜਾਂਦੇ ਨੇ। ਦਰਖਤਾਂ ਦੀ ਸੋਚ ਵੀ ਜਿਹੜੀ ਮੋਰ ਉਹਦੇ ਨਾਲ ਡਿਵੈਲਪ ਹੈਗੀ ਹੈ ਦੈਨ ਪੱਥਰ ਨਾਲੋਂ, ਲੇਕਿਨ ਵਧੀਆ ਸੋਚ ਵਾ, ਲੇਕਿਨ ਉਹ ਵੀ ਸੋਚ ਸੀਮਤ ਹੈ। ਇਸ ਤੋਂ ਅੱਗੇ ਲੈਂਦੇ ਹਾਂ ਪਸ਼ੂ ਅਤੇ ਪੰਛੀ। ਉਹ ਸਾਡੀ ਸੋਚ ਡਿਵੈਲਪ ਹੋ ਗਈ ਜੀਵ ਆਤਮਾ ਦੀ, ਲੇਕਿਨ ਪਸ਼ੂਆਂ ਪੰਛੀਆਂ ਦੀ ਸੋਚ ਕਿਹੜੀ ਰਹੀ? ਖਾ ਲਿਆ, ਪੀ ਲਿਆ, ਸੌਂ ਲਿਆ, ਬੱਚੇ ਪੈਦਾ ਕਰ ਲਏ, ਅਟੈਚਮੈਂਟ ਬਣਾ ਲਈ, ਉਹਨਾਂ ਦੇ ਕੰਮ ਵਿੱਚ ਦਿਨ ਰਾਤ ਰੁੱਝੇ ਰਹੇ ਬੱਚਿਆਂ ਦੇ ਕਾਰੋਬਾਰ 'ਚ, ਠੀਕ। ਲੇਕਿਨ ਪਸ਼ੂਆਂ ਪੰਛੀਆਂ ਦੀ ਸੋਚ ਜਿਹੜੀ ਸੀ ਉਹ ਬਹੁਤ ਡਿਵੈਲਪ ਹੋ ਗਈ, ਪਰ ਉਹ ਵੀ ਸੀਮਤ ਹੈ। ਜਦੋਂ ਅਸੀਂ ਬਾਂਦਰਾਂ ਨੂੰ ਵੇਖਦੇ ਹਾਂ ਜਾਂ ਗੁਰੀਲਿਆਂ ਨੂੰ ਦੇਖਦੇ ਹਾਂ ਜਾਂ ਸਪੈਂਜੀ ਨੂੰ ਦੇਖਦੇ ਹਾਂ ਅਤੇ ਉਹ ਉਹਨਾਂ ਦੀ ਬਣਤਰ ਜਿਹੜੀ ਆ ਥੋੜ੍ਹੀ 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 ਬੰਦੇ ਨਾਲ ਰਲਦੀ ਆ, ਲੇਕਿਨ ਉਹਦੇ ਉਹਨਾਂ ਦੇ ਅੰਦਰ ਵੀ ਬੰਦੇ ਦੀ ਸੋਚ ਨਹੀਂ, ਬਾਂਦਰ ਦੀ ਸੋਚ ਬਾਂਦਰਾਂ ਵਰਗੀ ਆ। ਅੱਛਾ, ਖੈਰ, ਆਪਾਂ ਵੇਖਣਾ ਆ ਕਿ ਕੁਦਰਤ ਨੇ, ਕਾਦਰ ਨੇ ਕੁਦਰਤ ਪੈਦਾ ਕਰਕੇ ਉਸ ਵਿੱਚੋਂ ਜਿਹੜਾ ਆ ਬਾਗ ਸਾਰੇ ਦਾ ਸਾਰਾ ਖੜਾਇਆ ਹੈ, ਬੀਜਿਆ ਹੈ, ਇਸ ਵਿੱਚ ਖੜਾਓ ਪੈਦਾ ਹੋਏ, ਪਾਂਤ ਪਾਂਤ ਇਹਦੇ ਵਿੱਚ ਫੁੱਲ ਪੈਦਾ ਕੀਤੇ, ਹੁਣ ਉਹਨਾਂ ਦੀ ਬਣਤਰ ਨੂੰ ਦੇਖ ਕੇ ਕੀ ਸੋਚਾਂਗੇ? ਇਟਸ ਅ ਬਿਊਟੀ, ਇਟਸ ਅ ਬਿਊਟੀ ਆਫ ਦਾ ਨੇਚਰ, ਔਰ ਫਰੋਮ ਦੈਟ ਬਿਊਟੀ ਅਸੀਂ ਉਸ ਕਾਦਰ ਨੂੰ ਲੱਭਦੇ ਹਾਂ ਕਿ ਜਿਸ ਨੇ ਸਾਰੀ ਸ਼ਾਨਦਾਰ ਇੱਕ ਖੂਬਸੂਰਤ ਕੁਦਰਤ ਪੈਦਾ ਕੀਤੀ ਆ, ਔਰ ਕੁਦਰਤੀ ਬਣਤਰ ਜਿਹੜੀ ਆ ਕਾਨੂੰਨਾਂ ਰਾਹੀਂ ਪੈਦਾ ਕੀਤੀ ਆ, ਨਿਯਮਾਂ ਰਾਹੀਂ ਪੈਦਾ ਕੀਤੀ ਆ। ਕੁਦਰਤ ਦੇ ਵਿੱਚ ਹਰ ਕੁਦਰਤ ਵਿੱਚ ਨਿਯਮ ਨੇ, ਉਸਨੇ ਨਿਯਮਾਂ ਨੂੰ ਮਨੁੱਖ ਵੇਖ ਕੇ ਜਾਂ ਉਹਨਾਂ ਨੂੰ ਅੰਡਰਸਟੈਂਡ ਕਰਕੇ ਮਨੁੱਖ ਨੇ ਬੜਾ ਕੁਝ ਲੱਭ ਲਿਆ। ਉਹਨਾਂ ਨਿਯਮਾਂ ਨੂੰ ਦੇਖਿਆ, ਪਾਣੀ ਦੇ ਨਿਯਮ ਨੂੰ ਦੇਖਿਆ, ਪਾਣੀ ਡਿੱਗਦਾ, ਸ਼ਕਤੀ ਪੈਦਾ ਹੁੰਦੀ, ਬਿਜਲੀ ਪੈਦਾ ਕਰ ਲਈ। ਹੁਣ ਪਾਣੀ ਨੂੰ ਵਗਦੇ ਨੂੰ ਵੇਖਿਆ, ਉਹਦੇ ਅੰਦਰ ਸ਼ਕਤੀ, ਹਾਈਡਰੋ ਪਾਵਰ ਜਿਹੜੀ ਹੈ, ਉਸਦੇ ਨਾਲ ਚੱਕਰ ਘੁੰਮਦੇ ਦੇਖੇ, ਖਰਾਸ਼ ਚਲਾ ਲਏ, ਆਪਣੇ ਆਟਾ ਪੀ ਲਿਆ, ਔਰ ਅੱਜ ਕੱਲ੍ਹ ਬਿਜਲੀ ਜਨਰੇਟਰ ਲਾ ਕੇ ਬਿਜਲੀ ਪੈਦਾ ਕਰ ਲਈ। ਕੁਦਰਤ ਦੇ ਕਾਦਰ ਦੇ ਬਣਾਏ ਹੋਏ ਕਾਨੂੰਨ ਕੁਦਰਤ ਵਿੱਚ ਵਸ ਗਏ,
ਮਨੁੱਖ ਨੇ ਉਸ ਕਾਨੂੰਨਾਂ ਦੀ ਪਾਲਣਾ ਕਰਕੇ ਆਪਣੇ ਜੀਵਨ ਨੂੰ ਚਲਾਉਣ ਵਾਸਤੇ ਬੜਾ ਕੁਝ ਲੱਭ ਲਿਆ। ਚਲੋ ਅਸੀਂ ਆਉਂਦੇ ਹਾਂ ਉਸ ਪੁਆਇੰਟ ਦੇ ਉੱਤੇ ਕਿ ਮਨੁੱਖ ਕਿੱਥੇ ਸਟੈਂਡ ਕਰਦਾ। ਮਾਫ਼ ਕਰਨਾ, ਸਾਨੂੰ ਇੱਕ ਖੋਲ ਮਿਲ ਗਿਆ, ਬਾਡੀ ਜਸਟ ਲਾਈਕ ਏ ਸ਼ੈਲ, ਇਟ ਦਾ ਸੇਮ ਕਿ ਇੱਕ ਇੱਲ ਦਾ ਜਿਹੜਾ ਬਣਤਰ ਹੈ ਪਿੰਜਰੇ ਦੀ, ਤਕਰੀਬਨ ਸਾਡੀ ਉਹਦਾ ਰਲਦੀ ਹੈ। ਚੂਹੇ ਦੇ ਪਿੰਜਰ ਸਾਡੇ ਨਾਲ ਰਲਦੇ ਨੇ, ਰਿੱਛ ਦੇ ਪਿੰਜਰ ਸਾਡੇ ਨਾਲ ਰਲਦੇ ਨੇ, ਬੰਦੇ ਦਾ ਪਿੰਜਰ ਵੀ ਸਾਡੇ ਨਾਲ ਰਲਦਾ ਹੈਗਾ। ਇਹ ਆ ਵੀ ਉਹਨਾਂ ਦੇ ਸਾਈਜ਼ ਦਾ ਵੱਖਰਾ, ਪਰ ਸਾਰੀਆਂ ਚੀਜ਼ਾਂ ਉਹਨਾਂ ਵਿੱਚ ਮੌਜੂਦ ਨੇ ਜੋ ਸਾਡੇ ਅੰਦਰ ਹੈਗੀਆਂ। ਹੁਣ ਖੋਲ ਸਾਨੂੰ ਉਹਨਾਂ ਹੀ ਪੰਜਾਂ ਤੱਤਾਂ 'ਚੋਂ ਮਿਲਿਆ ਜਿਹਨਾਂ ਪੰਜਾਂ ਤੱਤਾਂ ਵਿੱਚੋਂ ਬਾਕੀ ਪੱਥਰਾਂ ਤੋਂ ਲੈ ਕੇ ਜਾਨਵਰਾਂ ਤੱਕ ਮਿਲਿਆ। ਠੀਕ, ਸਾਡੇ ਮਟੀਰੀਅਲ ਦਾ ਉਹਨਾਂ ਦੇ ਵਿਚਕਾਰ ਅਤੇ ਸਾਡੇ ਵਿਚਕਾਰ ਕੋਈ ਫਰਕ ਨਹੀਂ। ਰਾਈਟ, ਲੇਕਿਨ ਸਾਡੀ ਜਿਹੜੀ ਇਸ ਮਨੁੱਖਾ ਦੇਹੀ ਦੇ ਵਿੱਚ ਜੋ ਕੁਛ ਕੁਦਰਤ ਨੇ ਭਰਿਆ ਉਹ ਇੱਕ ਅਨੋਖਾ ਹੈ, ਦੈਟਸ ਯੂਨੀਕ। ਕਿਹੜੀ ਕਿਹੜੀ ਚੀਜ਼ ਭਰੀ? ਵੈਸੇ ਤਾਂ ਅਸੀਂ ਉੱਦਾਂ ਹੀ ਜਿਉਂਦੇ ਹਾਂ ਕਿ ਦੇਹੀ ਮਾਟੀ ਹਰ ਇੱਕ ਦੀ, ਪਰ ਬੋਲੇ ਪਾਉਣ ਹਰ ਇੱਕ ਦੇ ਅੰਦਰ, ਬੁੱਝ ਰੇ ਗਿਆਨੀ ਮੂਹਾ ਹੈ ਕਰ। ਫਿਰ ਕਥਤਾ ਬਕਤਾ ਸੁਣਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਏ। ਖੈਰ, ਅਸੀਂ ਬਾਰ ਬਾਰ ਕਹਿੰਦੇ, ਦੇਖੋ ਪਸ਼ੂ ਵੀ ਸੋਚਦਾ ਹੈ, ਰਾਈਟ, ਦਰਖਤ ਵੀ ਸੋਚਦਾ ਹੈ, ਔਰ ਜਾਨਵਰ ਜਿੰਨੇ ਨੇ ਸੋਚਦੇ ਨੇ। ਬਿਲਕੁਲ, ਸੋਚਦੇ ਸਾਰੇ ਨੇ, ਪਰ ਇਨਸਾਨ 'ਚ ਕੀ ਫਰਕ ਹੈ ਉਹ ਸੋਚਣੀ ਦੇ ਵਿੱਚ, ਅਤੇ ਕਿਸ ਤਰ੍ਹਾਂ ਗੁਰਬਾਣੀ ਦਾ ਸਹਾਰਾ ਲੈ ਕੇ ਅਗੇਨ ਅਸੀਂ ਆਪਣੇ ਆਪ ਨੂੰ ਉੱਚਾ ਚੁੱਕਣਾ ਹੈ, ਇਸ ਨੂੰ ਅਸੀਂ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ। ਗਿਆਨੀ ਜੀ, ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦਾ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਗਿਆਨੀ ਸਵਰਨ ਸਿੰਘ ਜੀ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਏ ਤਾਂ 604-589-0761 'ਤੇ ਫੋਨ ਕਰ ਸਕਦੇ ਹੋ। ਧੰਨਵਾਦੀਆਂ ਤੁਹਾਡੇ ਕਿ ਸਮਾਂ ਕੱਢ ਕੇ ਤੁਸੀਂ ਪ੍ਰੋਗਰਾਮ ਨੂੰ ਦੇਖਦੇ ਹੋ ਅਤੇ ਪਸੰਦ ਕਰਦੇ ਹੋ। ਤੁਹਾਡੇ ਕੋਲ ਵੀ ਕੋਈ ਸਵਾਲ ਹੋਏ ਜਾਂ ਕੋਈ ਸੁਜੈਸ਼ਨ ਹੋਏ ਤਾਂ ਜ਼ਰੂਰ ਸੰਪਰਕ ਕਰਨਾ। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।